ਅੱਜ ਅਸੀਂ ਯੂਥ ਕਾਂਗਰਸ ਮੁਕਤਸਰ ਸਾਹਿਬ ਵੱਲੋਂ ਇੱਕ ਜੋ ਕੋਈ ਸਾਡੇ ਮੁੱਦੇ ਆ ਉਹ ਵਿਚਾਰ ਕਰਨ ਲਈ ਤੁਹਾਨੂੰ ਬੁਲਾਇਆ। ਅਸੀਂ ਅੱਜ ਪੰਜਾਬ ਦੇ ਵਿੱਚ ਜੋ ਸਰਕਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਆ ਉਸ ਵਿੱਚ ਸੀਐਮ ਜੋ ਐਲਾਨਵੰਤ ਸਿੰਘ ਮਾਨ ਸੀਐਮ ਪੰਜਾਬ ਦੇ ਬਣੇ ਆ ਉਹ ਸਿਰਫ ਐਲਾਨ ਹੀ ਕਰਦੇ ਆ ਪਰ ਉਹ ਥੱਲੇ ਧਰਤੀ ਦੇ ਉੱਤੇ ਜਾਂ ਮਤਲਬ ਕਿ ਧਰਾਤਲ ਦੇ ਉਹ ਐਲਾਨ ਹੀ ਰਹਿ ਜਾਂਦੇ ਆ, ਕੋਈ ਕੰਮ ਨਹੀਂ ਹੋ ਰਿਹਾ। ਅੱਜ ਅਸੀਂ ਜੋ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬਨ 26,000 ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ, ਪਰ ਉਹਨਾਂ ਤੋਂ ਪਹਿਲਾਂ ਜੋ ਕਿ ਇੱਕ ਪੰਜਾਬ ਪੁਲਿਸ ਦੀ ਭਰਤੀ ਪਿਛਲੀ ਸਰਕਾਰ ਨੇ ਕੀਤੀ ਸੀ, 4,458 ਕੌਂਸਟੇਬਲ ਦੀ ਭਰਤੀ ਹੋਈ ਸੀ, ਉਹਦੇ ਵਿੱਚ ਉਹ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ ਉਹਦੀ ਭਰਤੀ ਦੀ। 8 ਤਰੀਕ ਨੂੰ ਉਹਦਾ ਰਿਜ਼ਲਟ ਆਇਆ ਸੀ, ਉਸ ਦਿਨ ਹੀ ਚੋਣ ਜ਼ਾਬਤਾ ਲੱਗ ਗਿਆ ਸੀ। ਉਸ ਭਰਤੀ ਦੇ ਵਿੱਚ ਉਹਨਾਂ ਦੀ ਮੈਡੀਕਲ ਤੱਕ ਅਤੇ ਸਾਰੀ ਜਿੰਨੀ ਪ੍ਰਕਿਰਿਆ ਹੁੰਦੀ ਹੈ ਭਰਤੀ ਦੀ ਸਾਰੀ ਪੂਰੀ ਹੋ ਚੁੱਕੀ ਸੀ। ਪੰਜਾਬ ਸਰਕਾਰ ਉਹਨਾਂ ਨੂੰ ਜੁਆਇਨਿੰਗ ਲੈਟਰ ਕਿਉਂ ਨਹੀਂ ਦੇ ਰਹੀ? ਮੇਰਾ ਸਵਾਲ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਇਹ ਆ ਕਿ ਇਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਕਿਉਂ ਨਹੀਂ ਦੇ ਰਹੇ? ਤੁਸੀਂ ਨਵੀਆਂ ਭਰਤੀਆਂ ਦੀ ਗੱਲ ਤਾਂ ਕਰ ਰਹੇ ਆ ਪਰ ਜਿਹੜੇ ਆਲਰੇਡੀ ਭਰਤੀ ਹੋ ਚੁੱਕੇ ਆ ਬੰਦੇ ਉਹਨਾਂ ਦੇ ਚੁੱਲ੍ਹੇ ਕਿਉਂ ਠੰਡੇ ਪਏ ਆ? ਤੁਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗੱਲ ਕਰ ਰਹੇ ਆ ਪਰ ਜਿਹੜੇ ਨੌਜਵਾਨ ਪਹਿਲਾਂ ਸਾਰੇ ਟੈਸਟ ਪਾਸ ਕਰਕੇ ਤੁਹਾਡੇ 12 ਮੂਹਰੇ ਧਰਨੇ ਲਾਈ ਬੈਠੇ ਆ, ਉਹਨਾਂ ਦੇ 4,500 ਬੰਦੇ ਜਿਹੜੇ ਧਰਨਾ ਲਾਈ ਬੈਠੇ ਆ ਕਿਉਂਕਿ 4.5 ਲੱਖ ਖਾਲਸਾ ਜੀ ਬੰਦਿਆਂ ਨੇ ਟੈਸਟ ਦਿੱਤਾ ਸੀਗਾ ਪਰ ਉਹਦੇ ਵਿੱਚੋਂ 4,458 ਬੰਦੇ ਭਰਤੀ ਹੋ ਗਏ ਸੀਗੇ। ਹੁਣ ਜੁਆਇਨਿੰਗ ਲੈਟਰ ਦੀ ਡੀਕ ਪਿਛਲੇ 3 ਮਹੀਨਿਆਂ ਤੋਂ ਕਰ ਰਹੇ ਆ, 50 ਦਿਨਾਂ ਦੀ ਸਰਕਾਰ ਦਾ ਟਾਈਮ ਵੀ ਹੋ ਗਿਆ ਪਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਐਲਾਨ ਕਰਦੇ ਹਾਂ ਵੀ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਨੌਕਰੀਆਂ ਦੇਵਾਂਗੇ, ਅਸੀਂ ਇਹ ਕਰਾਂਗੇ ਵੋ ਕਰਾਂਗੇ, ਪਰ ਜਿਹੜੇ ਤੁਹਾਡੇ ਆਲਰੇਡੀ ਟੈਸਟ ਪਾਸ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਨੌਕਰੀ ਕਿਉਂ ਨਹੀਂ ਦੇ ਰਹੇ? ਚੰਗੀ ਗੱਲ ਆ ਵੀ ਤੁਸੀਂ 26,000 ਬੰਦਿਆਂ ਨੂੰ ਹੋਰ ਨੌਕਰੀ ਦੇ ਰਹੇ ਹਾਂ ਪਰ ਜਿਹੜੇ ਪਹਿਲਾਂ ਭਰਤੀ ਹੋ ਚੁੱਕੇ ਆ ਉਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਦਿਓ। ਔਰ ਸੀਐਮ ਸਾਹਿਬ ਜੀ ਨੂੰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਗੁਜਰਾਤ ਹਿਮਾਚਲ ਦੇ ਗੇੜੇ ਛੱਡੋ ਔਰ ਆਪਦੇ ਘਰ ਬੈਠੇ ਜੋ ਬੱਚੇ ਆ ਉਹਨਾਂ ਦੀ ਫਰਿਆਦ ਸੁਣੋ, ਉਹਨਾਂ ਦੀ ਕੋਈ ਵੀ ਬੰਦਾ ਫਰਿਆਦ ਨਹੀਂ ਸੁਣ ਰਿਹਾ, ਇਸ ਕਰਕੇ ਉਹਨਾਂ ਨੂੰ ਜੁਆਇਨ ਕਰਾਓ ਔਰ ਫੋਕੀਆਂ ਸ਼ੋਹਰਤਾਂ ਔਰ ਫੋਕੇ ਜੋ ਆਪਦੇ ਐਲਾਨ ਆ ਉਹ ਬੰਦ ਕਰੋ। ਔਰ ਹੁਣ ਉਸ ਤੋਂ ਅਗਲੀ ਗੱਲ ਆਪਣੇ ਪ੍ਰੋਫੈਸਰ ਬਲਜੀਤ ਜੀ ਕਰਨਗੇ।